ਮੇਰਾ ਕੋਈ ਆਸਰਾ ਨਹੀਂ ਰਿਹਾ, ਮੇਰਾ ਪੋਤੀ ਕੋਈ ਕੋ ਮੇਰਾ ਪੁੱਤੂ ਹੀ ਉਹ ਵੀ ਚਲ ਗਿਆ, ਮੇਰਾ ਪੁੱਤੂ ਚਲ ਗਿਆ ਵਾ ਦੁਨੀਆਂ ਤੋਂ, ਉਹਦੇ ਪਾਪਾ ਵੀ ਹੈ ਨਹੀਂ। ਇੱਕੋ ਪਰਿਵਾਰ ਦੇ ਵਿੱਚੋਂ ਇੰਨੇ ਜੀਆਂ ਦਾ ਚਲੇ ਜਾਣਾ, ਇੱਕ ਪਰਿਵਾਰ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਜਵਾਨ ਪੁੱਤ ਮੁੱਕ ਚੁੱਕਿਆ ਤਾਂ ਬੀਤੇ ਜ਼ਖਮ ਵੀ ਹਰੇ ਹੋ ਗਏ। ਇਸ ਮੁੰਡੇ ਦੇ ਪਿਓ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਹੈ, ਉਸ ਤੋਂ ਬਾਅਦ ਘਰ ਦੇ ਵਿੱਚੋਂ ਤਾਏ ਦੀ ਜਾਨ ਗਈ, ਫਿਰ ਚਾਚਾ ਅਤੇ ਚਾਚੀ ਮੁੱਕ ਗਏ ਅਤੇ ਉਸਦਾ ਜਵਾਨ ਭਰਾ ਵੀ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਇਹ ਸਾਰੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਹੁਣ ਜਦੋਂ ਮਾਂ ਆਪਣੇ ਵਿਦੇਸ਼ ਭੇਜੇ ਪੁੱਤ ਨੂੰ ਫੋਨ ਕਰ ਰਹੀ ਸੀ ਤਾਂ ਉਹ ਫੋਨ ਚੁੱਕ ਨਹੀਂ ਰਿਹਾ ਸੀ। ਇਸ ਮੁੰਡੇ ਨੂੰ ਵਿਦੇਸ਼ ਗਏ ਹਲੇ 1 ਸਾਲ ਦਾ ਸਮਾਂ ਵੀ ਨਹੀਂ ਹੋਇਆ ਕਿ ਇਸ ਦੇ ਵਿਚਾਲੇ ਹੀ ਇੱਕ ਦੁਖਦ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਪਤਾ ਲੱਗਿਆ ਕਿ ਜਵਾਨ ਪੁੱਤ ਇਸ ਦੁਨੀਆਂ ਦੇ ਵਿੱਚ ਨਹੀਂ। ਗੁਰਦਾਸਪੁਰ ਦੇ ਪਿੰਡ ਸ਼ੇਖ ਮੀਰ ਦੇ ਰਹਿਣ ਵਾਲੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਜਾਣ ਗਈ ਹੈ। ਦੱਸਦੀ ਹੈ ਕਿ ਉਸਦੀ ਜਾਣ ਜਾਣ ਦਾ ਕਾਰਨ ਹੁਣ ਤੱਕ ਮਾਂ ਨੂੰ ਸਮਝ ਨਹੀਂ ਲੱਗ ਰਿਹਾ। ਪਿਤਾ ਪਹਿਲਾਂ ਹੀ ਦੁਨੀਆਂ ਤੋਂ ਤੁਰ ਗਿਆ ਅਤੇ ਇਸ ਤੋਂ ਬਾਅਦ ਹੁਣ ਮਾਂ ਬੇਹੱਦ ਹੀ ਡੂੰਘੇ ਸਦਮੇ ਦੇ ਵਿੱਚ ਹੈ, ਜਿਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਲਹੂ ਵਾਂਗ ਵਗ ਰਿਹਾ। ਇਸ ਪੂਰੇ ਮਾਮਲੇ ਦੀ ਜਾਣਕਾਰੀ ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਤੇਜਵੀਰ ਸਿੰਘ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਉਸਦਾ ਭਰਾ ਸਤਿੰਦਰ ਸਿੰਘ ਉਮਰ 23 ਸਾਲ ਪਹਿਲਾਂ ਹੀ 5 ਅਪ੍ਰੈਲ 2023 ਨੂੰ ਕੈਨੇਡਾ ਗਿਆ ਸੀ। ਰੋਜ਼ੀ ਰੋਟੀ ਲਈ ਉਹ ਅੰਟਾਰੀਓ ਕੈਨੇਡਾ ਦੇ ਵਿੱਚ ਕੰਮ ਵੀ ਕਰਦਾ ਸੀ ਅਤੇ ਪੜ੍ਹਾਈ ਵੀ ਕਰ ਚੁੱਕਿਆ ਸੀ। ਉਸਦਾ ਭਰਾ ਹਰ ਰੋਜ਼ ਸਵੇਰੇ ਆਪਣੀ ਮਾਂ ਨੂੰ ਫੋਨ ਕਰਦਾ ਸੀ ਅਤੇ ਹਾਲ ਚਾਲ ਪੁੱਛਦਾ ਸੀ। ਐਤਵਾਰ ਨੂੰ ਜਦੋਂ ਫੋਨ ਨਹੀਂ ਆਇਆ ਤਾਂ ਮਾਤਾ ਸਰਬਜੀਤ ਕੌਰ ਨੇ ਕਈ ਵਾਰ ਉਸਨੂੰ ਫੋਨ ਕੀਤਾ ਪਰ ਉਹ ਫੋਨ ਉਸਨੇ ਨਹੀਂ ਚੁੱਕਿਆ। ਪਤਾ ਲੱਗਿਆ ਕਿ ਸਤਿੰਦਰ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਇਸ ਦੇ ਪਿੱਛੇ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਦੱਸਦੀ ਕਿ ਪੂਰੇ ਮਾਮਲੇ ਨੂੰ ਲੈ ਕੇ ਤੇਜਵੀਰ ਸਿੰਘ ਨੇ ਕਿਹਾ ਕਿ ਉਸਦੇ ਭਰਾ ਨੇ ਗੁਰਦਾਸ ਮਾਡਰਨ ਸੀਨੀਅਰ ਸਕੂਲ ਲੱਖਣ ਕਲਾ ਤੋਂ ਕੰਪਿਊਟਰ ਡਿਪਲੋਮਾ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ। ਮ੍ਰਿਤਕ ਸਤਿੰਦਰ ਸਿੰਘ ਦੇ ਪਿਤਾ ਕਰੀਬ 5 ਸਾਲ ਪਹਿਲਾਂ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ। ਸਤਿੰਦਰ ਨੇ ਆਪਣੀ ਮਾਂ ਦੀ ਮਦਦ ਦੇ ਨਾਲ ਹੀ ਪੜ੍ਹਾਈ ਪੂਰੀ ਕੀਤੀ। ਮਾਂ ਨੇ ਦੱਸਿਆ ਕਿ 1 ਏਕੜ ਦੀ ਜ਼ਮੀਨ ਦੇ ਨਾਲ ਕਿੰਨੀ ਮੁਸ਼ਕਿਲਾਂ ਨਾਲ ਉਸਨੇ ਆਪਣੇ ਪੁੱਤ ਨੂੰ ਪਾਲਿਆ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਹੁਣ ਦੁਖੀ ਹਿਰਦੇ ਨਾਲ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਭਾਰਤ ਭੇਜਣ ਦੇ ਵਿੱਚ ਸਹਾਇਤਾ ਕੀਤੀ ਜਾਵੇ। ਮੇਰਾ ਬੇਟਾ ਬਾਹਰ ਵਿਦੇਸ਼ ਵਿੱਚ ਗਿਆ ਹੈ। ਉਹਦੇ ਪਾਪਾ ਦੀ ਡੈਥ ਹੋ ਗਈ, ਛੋਟਾ ਸੀ ਜਦੋਂ। ਉਹਦੇ ਪਾਪਾ ਦੀ ਡੈਥ ਹੋ ਗਈ, ਬੜੀ ਮੁਸ਼ਕਲ 1 ਕਿੱਲਾ ਜ਼ਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲਿਆ, ਫਿਰ ਮੁੜ ਕੇ ਪੜ੍ਹਾਇਆ, ਬਹੁਤ ਮੁਸ਼ਕਲ। ਬੈਂਡ ਆ ਕੇ ਬਾਹਰ ਭੇਜਿਆ, ਕਰਜ਼ਾ ਕੁਰਜ਼ਾ ਚੁੱਕ ਕੇ ਮੈਂ ਬਾਹਰ ਭੇਜਿਆ। ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ, ਅਜੇ 1 ਸਾਲ ਨਹੀਂ ਹੋਇਆ, ਘੱਟ 1 ਮਹੀਨਾ ਅਜੇ। ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ, ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ। ਪਹਿਲਾਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਸਵੇਰੇ, ਬਹੁਤ ਸੋਹਣੀ ਗੱਲ ਕੀਤੀ। ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ, ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ, ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾਲ। ਮੇਰੀ ਗਰੀਬਣੀ ਦੀ ਮਦਦ ਕਰੋ, ਮੇਰਾ ਪੁੱਤ ਆ ਜਾਏ ਇੱਥੇ, ਹੋਰ ਵੀ ਮੇਰੀ ਕਿਰਪਾ ਮਦਦ ਕਰੋ, ਜੋ ਵੀ ਕਰ ਸਕਦੇ ਜੀ। ਅਜੇ 11 ਕੁ ਮਹੀਨੇ ਹੋ ਗਏ, 5ਵੇਂ ਮਹੀਨੇ ਹੋਣਾ ਵਾ ਸਾਲ, 2 ਤਰੀਕ ਨੂੰ। ਆਪਣੀ ਡਿਊਟੀ ਤੋਂ ਆਇਆ ਸੀ, 11 ਵਜੇ ਰੋਟੀ ਖਾ ਕੇ ਸੁੱਤਾ ਸੀ, ਰਾਜਮਾਂਹ ਪਿਆ ਗਏ, ਸਵੇਰੇ ਸਬਜ਼ੀ ਬਣਾਉਣੀ ਆ,
ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ, ਸੁੱਤਿਆਂ ਅਟੈਕ ਹੋ ਗਿਆ। ਉੱਥੇ ਕੰਮ ਪਤਾ ਨਹੀਂ ਕਿੱਥੇ ਕਿਤੇ ਲੱਗਾ ਸੀ ਕੰਮ, ਤੇ ਨਾਲ ਫੋਟੋਗ੍ਰਾਫਰੀ ਦਾ ਵੀ ਕਰਦਾ ਸੀ ਕੰਮ ਉੱਥੇ, ਤੇ ਨਾਲ ਹੋਰ ਵੀ ਕੰਮ ਕਰਦਾ ਸੀ ਉਹ। ਮੇਰਾ ਪੁੱਤ ਬੜਾ ਬੀਬਾ ਹੈ, ਨਾਲ ਪੜ੍ਹਾਈ ਵੀ ਕਰਦਾ ਸੀ ਮੇਰਾ ਪੁੱਤੂ। ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ, ਚੰਗਾ ਭਲਾ ਆਇਆ ਉੱਥੋਂ ਕੰਮ ਤੋਂ, ਆਪਣੇ ਆਣ ਕੇ ਰੋਟੀ ਖਾਧੀ ਆ, 11 ਵਜੇ ਕਹਿੰਦੇ ਸੁੱਤਾ ਵਾ, ਪਤਾ ਨਹੀਂ ਕੀ ਹੋਇਆ ਇਕਦਮ ਕਹਿੰਦੇ ਨੀਲਾ ਹੋ ਗਿਆ, ਮੂੰਹ 'ਚੋਂ ਝੱਗ ਵਗਣ ਡਿਆ ਵੀ ਮੇਰੇ ਪੁੱਤ 'ਤੇ। ਮੈਂ ਸਵੇਰੇ ਫੋਨ ਲਾਵਾਂ, ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ। ਮੈਂ ਫੋਨ ਲਾਈ ਗਈ, ਫਿਰ ਉੱਥੋਂ ਕਿਸੇ ਗੋਰੇ ਨੇ ਫੋਨ ਚੁੱਕਿਆ, ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ, ਮੈਨੂੰ ਸਮਝ ਨਾ ਲੱਗੀ। ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ, ਉਹਨਾਂ ਕਿਹਾ ਵੀ ਆ ਇੱਦਾਂ ਹੋਇਆ ਵਾ, ਉਹਨਾਂ 11 ਵਜੇ ਆਣ ਕੇ ਰੋਟੀ ਖਾਧੀ ਆ, ਰੋਟੀ ਖਾ ਕੇ ਅਤੇ ਸੁੱਤਾ ਵਾ, ਅਤੇ ਉੱਥੇ ਵੀ ਸਬਜ਼ੀ ਸਵੇਰੇ ਬਣਾਉਣ ਵਾਸਤੇ ਰਾਜਮਾਂਹ ਭੇਜ ਕੇ ਆਇਆ ਵਾ, ਅਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ। ਉਹਨਾਂ ਵੀ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ, ਜਦੋਂ ਫੋਨ ਨਹੀਂ ਉਹਨੇ ਚੁੱਕਿਆ। ਮੇਰੀ ਗਰੀਬਣੀ ਦੀ ਮਦਦ ਕਰੀ ਜੇ, ਮੇਰਾ ਬੱਚਾ ਇੱਥੇ ਆ ਜੇ, ਹੋਰ ਵੀ ਮੇਰੀ ਹੈਲਪ ਕੀਤੀ ਜਾਵੇ, ਮੇਰਾ ਆਸਰਾ ਨਹੀਂ ਗਾ ਕੋਈ ਰਿਹਾ, ਮੇਰਾ ਕੋਈ ਆਸਰਾ ਨਹੀਂ ਰਿਹਾ। ਮੇਰਾ ਪੁੱਤ ਇੱਕੋ ਇੱਕੋ ਮੇਰਾ ਪੁੱਤੂ ਹੀ, ਉਹ ਵੀ ਚਲ ਗਿਆ, ਮੇਰਾ ਪੁੱਤੂ ਚਲ ਗਿਆ ਵਾ ਦੁਨੀਆਂ ਤੋਂ, ਉਹਦੇ ਪਾਪਾ ਵੀ ਹੈ ਨਹੀਂ। 2013 'ਚ ਇਹਦੇ ਡੈਡੀ ਦੀ ਡੈਥ ਹੋ ਗਈ, ਅਤੇ ਮੁੜ ਕੇ ਪਹਿਲਾਂ ਇਹਦੇ ਤਾਏ ਦੀ ਹੋ ਗਈ, ਫਿਰ ਇਹਦੇ ਡੈਡੀ ਦੀ ਹੋ ਗਈ, ਫਿਰ ਚਾਚੇ ਦੀ ਹੋ ਗਈ, ਬਾਅਦ 'ਚ ਉਹਦੇ ਚਾਚੀ ਦੀ ਵੀ ਹੋ ਗਈ, ਅਤੇ ਬਾਅਦ 'ਚ ਬਜ਼ੁਰਗਾਂ ਦੀ ਮਾਤਾ ਜੇ ਦਾਦੀ ਦਾਦਾ ਉਹਨਾਂ ਦੀ ਬਹੁਤ ਹੋ ਗਈ। 1 ਸਾਲ ਨਹੀਂ ਹੋਇਆ, 1.5 ਕੁ ਸਾਲ ਹੋਇਆ ਵਾ, ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕਰੇਨ ਚਲਾਉਂਦਾ ਸੀ, ਉਹ ਅੰਬਾਲੇ, ਉਹ ਵੀ ਉੱਥੇ ਉੱਥੇ ਜਿੱਦਾਂ ਅਚਨਚੇਤੀ ਮੌਤ ਹੋਈ। ਅਤੇ ਹੁਣ ਅਜੇ 1.5 ਸਾਲ ਹੋਈ, ਅਤੇ ਹੁਣ ਆਹ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸੱਟ ਪਈ ਆ, ਜਿਹਦਾ ਅਸੀਂ ਆਪਣੇ ਮੂੰਹ ਬਿਆਨ ਨਹੀਂ ਕੋਈ ਕਰਨ ਜੋਗਾ ਨਹੀਂ, ਨਾ ਅਸੀਂ ਇਹਨੂੰ ਕੋਈ ਹੌਂਸਲਾ ਦੇਣ ਜੋਗੇ ਹਾਂ, ਵੀ ਕਹਦੇ ਆਸਰੇ ਇਹਨੂੰ ਹੌਂਸਲਾ ਦੇਈਏ। ਬਾਕੀ ਅਸੀਂ ਸਰਕਾਰ ਕੋਲ, ਪੰਜਾਬ ਸਰਕਾਰ ਸੈਂਟਰ ਸਰਕਾਰ ਕੋਲ ਅਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਉਹਨਾਂ ਨੂੰ ਹੱਥ ਜੋੜ ਕੇ ਵੀ ਕੁਝ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਆ, ਜਿਹੜੀ 1 ਕਿੱਲਾ ਪੈਲੀ ਹੈ, 1 ਕਿੱਲੇ 'ਚ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ। ਇਹ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੇ। ਹਾਂਜੀ ਹਾਂਜੀ, ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰਾਂ ਨੂੰ ਫੜ ਫੁੜ ਕੇ ਸਾਰਿਆਂ ਮਦਦ ਕੀਤੀ, ਥੋੜ੍ਹੀ ਬਹੁਤੀ ਜਿੰਨੀ ਜਿੰਨੀ ਹੁਣ ਕਰਨ ਯੋਗ ਸੀ। ਅਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ, 1 ਸਾਲ ਵੀ ਨਹੀਂ ਹੋਇਆ ਜੇ, ਅਤੇ ਆਹ ਪਈ ਦੇ 31 ਤਰੀਕ ਨੂੰ ਸਵੇਰੇ 7-8 ਵਜੇ 8:30 ਵਜੇ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ। ਅਤੇ ਉਦੋਂ ਦੇ ਰੋ ਰੋ ਕੇ ਕਲਾ, ਬੁਰਾ ਹਾਲ ਹੋ ਗਿਆ ਇੱਕ ਪਰਿਵਾਰ ਦਾ ਸਾਰੇ ਦਾ, ਕੋਈ ਕਹਿਣ ਵਾਲੀ ਗੱਲ ਨਹੀਂ ਜੀ, ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ। ਜਿਹੜਾ ਅਸੀਂ ਤਾਂ ਸਰਕਾਰਾਂ ਕੋਲ ਇਹ ਬੇਨਤੀ ਕਰਦਾ, ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ, ਅਤੇ ਉਹ ਲਾਸ ਇੱਥੇ ਡੈਡ ਬੱਡੀ ਆ ਜੇ ਉਹ। ਮੇਰਾ ਸੁਣਾ ਕੀ ਕੀਤਾ ਬਤਾ ਬੋਲ।
ਕਰਦੇ ਲਾਡੋ ਮੈਨੂੰ ਹੁਣ ਕਰਦੇ ਤੋ।